ਪੰਜਾਬੀ ਅਖਬਾਰਾਂ ਨਾਲੋਂ ਹਿੰਦੀ ਅਖਬਾਰਾਂ ਵਿੱਚ ਮੇਰੇ ਕੋਲ ਕਾਫੀ ਸਾਰੇ ਸਕਰੀਨਸ਼ਾਟਸ ਆਏ ਆ ਹਿੰਦੀ ਅਖਬਾਰਾਂ ਨੇ ਵੱਡੀ ਪੱਧਰ ਤੇ ਇਹਨੂੰ ਕਵਰ ਕਰਿਆ ਹੈ ਉਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਉਹਨਾਂ ਨੇ ਦੋਸ਼ ਲਾਇਆ ਹੈ ਕਿ ਆ ਵੀ ਜਿਨ੍ਹਾਂ ਦੇ ਸਿੱਖ ਨਾਂ ਵੀ ਨਹੀਂ ਹੈਗੇ ਜਿਹੜੇ ਹਰਿਆਣਵੀ ਲੋਕ ਨੇ ਉਹਨਾਂ ਦੀਆਂ ਵੋਟਾਂ ਹੈਗੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰ ਵੱਜੋਂ ਕਰਾਈਆਂ ਜਾ ਰਹੀਆਂ ਤਾਂ ਕਿ ਸਰਕਾਰ ਦਾ ਖੱਟੜ ਸਰਕਾਰ ਦਾ ਤੇ ਭਾਜਪਾ ਸਰਕਾਰ ਦਾ ਇਹੀ ਮਨਸ਼ਾ ਹੈ ਵੀ ਵੋਟਾਂ ਰਾਹੀਂ ਆਪਣੇ ਬੰਦਿਆਂ ਨੂੰ ਜਿਤਾ ਕੇ ਮੁੜ ਕੇ ਗੁਰਦੁਆਰਾ ਪ੍ਰਬੰਧ ਤੇ ਕਬਜ਼ਾ ਕਰ ਲਿਆ ਜਾਵੇ ਉਹਦੇ ਰਿਸੋਰਸੇਸ ਤੇ ਔਰ ਉਹਦੀ ਜਿਹੜੀ ਇੱਕ ਜਾਗੀ ਦੀ ਜ਼ਮੀਰ ਹੈਗੀ ਐ ਹੂੰ ਉਹਦੇ ਤੇ ਕਬਜ਼ਾ ਕਰ ਲਿਆ ਜਾਵੇ ਹੁਣ ਇਹਦੇ ਵਿੱਚ ਗਲਤੀ ਆਕਾਲੀ ਦਲ ਬਾਦਲ ਨੇ ਇੱਥੇ ਬਹੁਤ ਵੱਡੀ ਕਰ ਲਈ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਆਂ ਵੀ ਜਿਉ ਹਰਿਆਣੇ ਦੇ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਦੇ ਦੰਦੇ ਸ਼੍ਰੋਮਣੀ ਕਮੇਟੀ ਵਿੱਚ ਹੈ ਨਾ ਉਹਨਾਂ ਨੂੰ ਇੱਕ ਸਬ ਕਮੇਟੀ ਬਣਾ ਕੇ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇ ਦੰਦੇ ਸੋ ਆਪਣੀ ਐਡਵਾਈਸ ਨਾ ਕਰਦੇ ਆਪਣੀ ਜਿਹੜੀ ਹੈਗੀ ਵੀ ਚੌਧਰ ਇਹ ਆਪਣੀ ਲੱਤ ਉੱਪਰ ਰੱਖਣ ਦੀ ਜਿਹੜੀ ਆਕੜ ਹੈ ਉਹਨਾਂ ਦੀ ਉਹ ਨਾ ਉਹ ਖਤਮ ਕਰਕੇ ਸਾਰਿਆਂ ਨੂੰ ਸਤਿਕਾਰ ਦੇ ਦਿੰਦੇ ਤਾਂ ਨੌਬਤ ਇੱਥੇ ਤੱਕ ਨਾ ਪਹੁੰਚ ਜੇ